ਤੁਹਾਡਾ ਇਸ 1 ਟੂ 1 ਸ਼ੋਅ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਇਹ ਸ਼ੋਅ ਮਿਲ ਪੀਟਰਸ ਕੈਲੀਫੋਰਨੀਆ ਯੂ ਐਸ اے ਤੋਂ ਕਰਨ ਜਾ ਰਹੇ ਹਾਂ ਔਰ ਸਾਡੇ ਮਹਿਮਾਨ ਨੇ ਡਾਕਟਰ ਪ੍ਰਿਤਪਾਲ ਸਿੰਘ ਉਹ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ ਅੱਜ ਅਸੀਂ ਉਹਨਾਂ ਨਾਲ ਗੱਲ ਪੰਜਾਬ ਪ੍ਰਤੀ ਸਿੱਖਾਂ ਪ੍ਰਤੀ ਔਰ ਹੋਰ ਮਸਲਿਆਂ ਤੇ ਕਰਨ ਜਾ ਰਹੇ ਹਾਂ ਡਾਕਟਰ ਪ੍ਰਿਤਪਾਲ ਸਿੰਘ ਤੁਹਾਡਾ ਇਸ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਥੈਂਕ ਯੂ ਮੈਨੂੰ ਪਹਿਲੋ ਇਹ ਦੱਸੋ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਤੁਸੀਂ ਬਣਾਈ ਸੀ ਉਹਦਾ ਬੇਸਿਕ ਮਕਸਦ ਕੀ ਸੀ ਦੇਖੋ ਕਮਿਊਨਿਟੀ ਨੂੰ ਇੱਥੇ ਆਇਆ ਕੁ 100 ਸਾਲ ਦੇ ਲਗਭਗ ਹੋ ਗਏ ਤੇ ਬੇਸਿਕਲੀ ਸਾਡਾ ਇਹ ਸੀ ਕਿ ਗੁਰਦੁਆਰਿਆਂ ਦੀ ਆਪਸੀ ਕੋਆਰਡੀਨੇਸ਼ਨ ਬੈਟਰ ਪ੍ਰਬੰਧ ਇੱਕ ਮੈਂ ਗੱਲ ਨਾਲ ਹੀ ਕਲੀਅਰ ਕਰਾਂ ਕਿ ਜਿਸ ਤਰ੍ਹਾਂ ਹੋਰ ਮੁਲਕਾਂ ਵਿੱਚ ਕਮੇਟੀਆਂ ਨੇ ਉਹ ਕਮੇਟੀਆਂ ਖਾਸ ਕਰਕੇ ਹਿੰਦੁਸਤਾਨ ਦੇ ਪਾਕਿਸਤਾਨ ਚ ਉਹ ਜਿਹੜੀਆਂ ਕਮੇਟੀਆਂ ਨੇ ਐਸਜੀਪੀਸੀ ਦੇ ਗੁਰਦੁਆਰਾ ਸਾਹਿਬ ਥੱਲੇ ਨੇ ਸਾਡੇ ਇੱਥੇ ਜਿਹੜਾ ਹਰ ਗੁਰਦੁਆਰਾ ਇੰਡੀਪੈਂਡੈਂਟ ਯੂਨਿਟ ਹੈ ਔਰ ਕਾਰਪੋਰੇਟ ਲਾ ਦੇ ਥੱਲੇ ਉਹ ਗਵਰਨ ਹੁੰਦਾ ਤੇ ਸਾਡੀ ਜਿਹੜੀ ਸੰਸਥਾ ਹੈ ਇਹ ਇੱਕ ਲੂਸਲੀ ਆਰਗੇਨਾਈਜ਼ਡ ਸੰਸਥਾ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਕੋਈ 60 ਦੇ ਕਰੀਬ ਸਾਡੇ ਮੈਂਬਰ ਨੇ ਇੰਡੀਪੈਂਡੈਂਟ ਨੇ ਪਰ ਅਸੀਂ ਕੰਮ ਇਕੱਠੇ ਕਰਦੇ ਹਾਂ ਸੋ ਇਹ ਕਿਦੋਂ ਜਿਹੜੀ ਸੰਸਥਾ ਵਾ ਹੋਂਦ ਚ ਆਈ ਔਰ ਹੁਣ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਕੀ ਕੁਝ ਅਚੀਵ ਕਰ ਚੁੱਕੇ ਜੇ ਦੇਖੋ ਅਸੀਂ 2001 ਦੇ ਵਿੱਚ 2000 ਦੇ ਵਿੱਚ ਸ਼ੁਰੂ ਕੀਤੀ ਸੀ ਅਸੀਂ ਇੱਥੇ ਇੱਕ ਸਮਾਗਮ ਕੀਤਾ ਸੀ ਬਹੁਤ ਵੱਡਾ ਸਾਡੇ ਅਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਸਰਕਾਰ ਦਸੈਂਤਰੀ ਡਿਕਰੀਅਰ ਕੀਤਾ ਸੀ ਸੰਗਤਾਂ ਨੇ ਤੇ ਉਦੋਂ ਸਾਰੀਆਂ ਸੰਸਥਾਵਾਂ ਨੇ ਮਿਲ ਕੇ ਕੁਝ ਸੋਚ ਸੋਚਿਆ ਸੀ ਕਿ ਅਸੀਂ ਕੋਈ ਨਾ ਕੋਈ ਗੁਰਦੁਆਰਿਆਂ ਦੀ ਜਿਹੜੀ ਸੰਸਥਾ ਹੈਗੀ ਆ ਉਹ ਬਣਾਈਏ ਤੇ ਸਾਨੂੰ ਕੋਈ 12-13 ਸਾਲ ਦੇ ਕਰੀਬ ਸਮਾਂ ਹੋ ਗਿਆ ਇਹਦੇ ਵਿੱਚ ਜਿਹੜਾ ਸਾਡਾ ਮੇਨ ਹੈਗਾ ਸੀ ਗੁਰਦੁਆਰਿਆਂ ਦਾ ਆਪਸੀ ਤਾਲਮਿਲ ਬੈਟਰ ਕੋਆਰਡੀਨੇਸ਼ਨ ਕੋਈ ਜਥਿਆਂ ਦਾ ਲਿਆਉਣ ਦਾ ਪ੍ਰਬੰਧ ਕਰਨਾ ਅੱਛੇ ਕਥਾਕਾਰ ਜਾਂ ਹੋਰ ਕਿਸ ਤਰ੍ਹਾਂ ਵੀ ਕੋ ਜਿਹੜੇ ਸਾਡੇ ਮਸਲੇ ਹੈਗੇ ਆ ਜੋ ਕਿ ਸਾਡਾ ਜਿਹੜਾ ਗੁਰੂ ਘਰ ਆ ਇਹ ਇਕੱਲੇ ਸਾਡੇ ਧਾਰਮਿਕ ਕੇਂਦਰ ਨਹੀਂ ਹੈਗੇ ਸਾਡੇ ਸੋਸ਼ਲ ਵੀ ਬਾਕੀ ਐਕਟੀਵਿਟੀ ਵੀ ਸਾਰੀਆਂ ਅਸੀਂ ਇੱਥੋਂ ਗਵਰਨ ਵੀ ਕਰਦੇ ਇੱਥੇ ਹੁੰਦੀਆਂ ਮੇਰੇ ਤੇ ਉਹਨਾਂ ਨੂੰ ਕੋਆਰਡੀਨੇਟ ਕਰਨ ਵਾਸਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਸਿਕੇ ਉੱਪਰ ਸਾਡੀ ਜਿਹੜੀ ਕਮੇਟੀ ਆ ਅਸੀਂ ਹਰ ਗੁਰਦੁਆਰਾ ਸਾਹਿਬ ਦੇ ਨਾਲ ਜਿੰਨੇ ਸਾਡੇ ਮੈਂਬਰ ਨੇ ਉਹਨਾਂ ਦੇ ਨਾਲ ਮਿਲ ਕੇ ਜਦੋਂ ਵੀ ਕੋਈ ਸਿਆਸੀ ਤੌਰ ਤੇ ਸਮਾਜਿਕ ਤੌਰ ਤੇ ਕੋਈ ਵੀ ਸਾਡਾ ਮਸਲਾ ਹੁੰਦਾ ਅਸੀਂ ਇੱਕ ਦੂਜੇ ਨੂੰ ਆਗਾਹ ਕਰਕੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਜਿਵੇਂ ਇੰਡੀਆ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੀਆਂ ਇਲੈਕਸ਼ਨਸ ਹੁੰਦੀਆਂ ਵਾ ਸੋ ਤੁਹਾਡੀ ਵਾਲੀ ਜਿਹੜੀ ਕਮੇਟੀ ਆ ਇਹਦੀਆਂ ਕੋਈ ਇਲੈਕਸ਼ਨਸ ਨਹੀਂ ਹੁੰਦੀਆਂ ਕਿਸ ਤਰ੍ਹਾਂ ਦਾ ਇਹਦਾ ਇਹਦਾ ਬੈਸਿਕ ਇਹ ਹੈਗਾ ਵੀ ਹਰ ਗੁਰਦੁ ਗੁਰਦੁਆਰਾ ਜਿਹੜਾ ਹੈਗਾ ਉਹ ਜਿਹੜੇ ਦੇ ਮੈਂਬਰ ਨੇ ਉਹ ਦੋ ਮੈਂਬਰ ਜਿਹੜੇ ਆਪਣੇ ਗੁਰੂ ਘਰ ਵੱਲੋਂ ਇਸ ਕਮੇਟੀ ਨੂੰ ਦੇਣਗੇ ਸਪੋਜ਼ ਸਾਡੇ ਕੋਲ 50 ਗੁਰਦੁਆਰੇ ਨੇ ਤੇ 100 ਮੈਂਬਰ ਦਾ ਹਾਊਸ ਹੋ ਗਿਆ ਓਕੇ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜੇ ਮੈਂਬਰ ਆ ਉਹ ਜ਼ਰੂਰ ਅਮਰਤਾਰੀ ਹੋਣ ਅਗਰ ਕੋਈ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਅਮਰਤਾਰੀ ਮੈਂਬਰ ਦੀ ਮਸ਼ਕਲ ਆ ਤੇ ਉਹ ਸਾਨੂੰ ਸੰਗਤ ਦੇ ਵਿੱਚੋਂ ਵੀ ਕੋਈ ਆਪਣੇ ਜਿਹੜੀ ਮੈਂਬਰਸ਼ਿਪ ਆ ਉਹ ਦੇ ਸਕਦੇ ਆ ਉਹਨਾਂ 100 ਮੈਂਬਰਾਂ ਦੇ ਵਿੱਚੋਂ ਅਸੀਂ ਫਿਰ ਜਿਹੜੀ ਸਾਡੇ ਐਗਜ਼ੈਕਟਿਵ ਆ ਪ੍ਰਧਾਨ ਸੈਕਟਰੀ ਸਾਹਿਬਾਨ ਤੇ 11 ਮੈਂਬਰੀ ਜਿਹੜੀ ਐਗਜ਼ੈਕਟਿਵ ਆ ਉਹ ਚੁਣ ਚੁਣੀ ਜਾਂਦੀ ਆ ਤੇ ਆਲਮੋਸਟ 4 ਸਾਲ ਦੇ ਬਾਅਦ ਅਸੀਂ ਕੋਸ਼ਿਸ਼ ਕਰਦੇ ਆ ਕਿ ਇਲੈਕਸ਼ਨ ਸਾਡੇ ਹੋ ਜਾਈਏ ਜੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇਸੇ ਤਰ੍ਹਾਂ ਹੀ ਦਿੱਲੀ ਦੇ ਵਿੱਚ ਇੱਕ ਵੱਖਰੀ ਕਮੇਟੀ ਆ ਪਾਕਿਸਤਾਨ ਦੇ ਵਿੱਚ ਇੱਕ ਵੱਖਰੀ ਕਮੇਟੀ ਬਣੀ ਆ ਜੀ ਇਹਨਾਂ ਕਮੇਟੀਆਂ ਦੇ ਨਾਲ ਤੁਹਾਡੀ ਕੋਈ ਐਸੋਸੀਏਸ਼ਨ ਹੈ ਉਹਨਾਂ ਨਾਲ ਕੋਈ ਸੰਬੰਧ ਹੈ ਉਹਨਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਆ ਡਾਇਰੈਕਟ ਐਸੋਸੀਏਸ਼ਨ ਹੈ ਵੀ ਆ ਤੇ ਨਹੀਂ ਵੀ ਅਸੀਂ ਜਿਹੜੇ ਸਾਡੇ ਪੰਥਕ ਮਸਲੇ ਆ ਉਹਨਾਂ ਦੇ ਬਾਰੇ ਜਿਹੜੇ ਉਹਨਾਂ ਕਮੇਟੀਆਂ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਕਈ ਵਾਰੀ ਤਾਂ ਉਹ ਸਾਡੀ ਗੱਲ ਨੂੰ ਹੰਗਾਰਾ ਦਿੰਦੇ ਆ ਤੇ ਕਈ ਵਾਰੀ ਬਿਲਕੁਲ ਉਹਨਾਂ ਦਾ ਜਿਹੜਾ ਹੰਗਾਰਾ ਨਾ ਪੱਕੀ ਹੁੰਦਾ ਹਾਂ ਜਿਹੜੀ ਪਾਕਿਸਤਾਨ ਦੀ ਕਮੇਟੀ ਹੈਗੀ ਆ ਬੀਜੀਪੀਸੀ ਆ ਮੈਂ ਗਵਰਨਮੈਂਟ ਆਫ ਪਾਕਿਸਤਾਨ ਦੇ ਜਿਹੜਾ ਐਡਵਾਈਜ਼ਰੀ ਬੋਰਡ ਹੈ ਉਹਦੇ ਤੇ ਵੀ ਆ ਤੇ ਉਹਨਾਂ ਨਾਲ ਸਾਡਾ ਲਗਾਤਾਰ ਤਾਲਮੇਲ ਇਸ ਕਰਕੇ ਰਹਿੰਦਾ ਕਿ ਮੈਂ ਐਡਵਾਈਜ਼ਰੀ ਬੋਰਡ ਤੇ ਹੋਣ ਕਰਕੇ ਤੇ ਦੂਸਰਾ ਜਿਹੜਾ ਗੁਰਦੁਆਰਾ ਸਾਹਿਬਾਂ ਦੀ ਜਿਹੜੀ ਹੈਗੀ ਆ ਰੈਨੋਵੇਸ਼ਨ ਤੇ ਅਗਰ ਕਿਤੇ ਰੀਕਨਸਟਰਕਸ਼ਨ ਦੀ ਲੋੜ ਆ ਅਸੀਂ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਆ ਤੇ ਡੀਜੀਪੀਸੀ ਨਾਲ ਜਿੰਨੀ ਦੇਰ ਸਰਨਾ ਸਾਹਿਬ ਇਹਦੇ ਪ੍ਰਧਾਨ ਰਿਹਾ ਉਹਨਾਂ ਦਾ ਬਾਹਰ ਬੜਾ ਅੱਛਾ ਤਾਲਮੇਲ ਸੀ ਤੇ ਹੁਣ ਜਿਹੜੇ ਅੱਜ ਕੱਲ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਉਹ ਜਿਹੜੇ ਬਾਦਲ ਸਾਹਿਬ ਜਾਂ ਜਿਹੜੀ ਐਸਜੀਪੀਸੀ ਜਿਹੜੇ ਹੁਣ ਕੰਟਰੋਲ ਕਰਦੇ ਆ ਉਹਨਾਂ ਦਾ ਆਪਸੀ ਤਾਲਮੇਲ ਤਾਂ ਕਾਫੀ ਆ ਪਰ ਸਾਡੇ ਨਾਲ ਉਹਨਾਂ ਦਾ ਹੰਗਾਰਾ ਜਿਹੜਾ ਹੈਗਾ ਉਹ ਏਨਾ ਪੋਜ਼ਿਟਿਵ ਨਹੀਂ ਹੈਗਾ ਐਂਜ ਲੱਗਦਾ ਵਾ ਕਿ ਐਸਜੀਪੀਸੀ ਨਾਲ ਡਿਫਰੈਂਸਸ ਕਾਫੀ ਆ মতਪੇਦ ਕਾਫੀ ਆ ਜਿਵੇਂ ਹੁਣ ਨਾਨਕ ਸ਼ਾਹੀ ਔਰ ਬਿਕਰਮੀ ਕੈਲੰਡਰ ਨੂੰ ਲੈ ਕੇ ਉਹਦੇ ਤੇ ਵੀ ਉਹਨਾਂ ਨੇ ਸੋਚਿਆ ਕਿ ਅਸੀਂ ਬਿਕਰਮੀ ਕੈਲੰਡਰ ਨੂੰ ਦੁਬਾਰਾ ਲੈ ਆਈਏ ਔਰ ਅੰਮੇਖਲ ਤੁਸੀਂ ਨਾਨਕਸ਼ਹੀ ਕੈਲੰਡਰ ਚਾਹੁੰਦੇ ਜੀ ਜੀ ਸੋ ਇਹ ਡਿਫਰੈਂਸ ਜਿਹੜੇ ਜਦੋਂ ਆ ਜਾਂਦੇ ਆ ਤੇ ਫਿਰ ਉਦੋਂ ਕੋਈ ਰਿਜ਼ੋਲਵ ਕਰਨ ਦਾ ਕੋਈ ਐਫਰਟ ਹੁੰਦਾ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਜੀ ਇਸ ਇਸ਼ੂ ਦੇ ਉੱਪਰ ਅਸੀਂ ਇਹ ਕਹੇ ਸਾਡਾ ਇਹ ਮੌਕਫ ਸੀਗਾ ਕਿ ਅਕਾਲ ਤਖਤ ਸਾਹਿਬ ਜਿਹੜੇ ਹੈਗੇ ਸੰਸਥਾ ਸਾਡੀ ਸੁਪਰੀਮ ਹੈ ਤੇ ਅਸੀਂ ਉਹਨਾਂ ਦੇ ਥੱਲੇ ਹੀ ਆਪਣੇ ਆਪ ਨੂੰ ਵੀ ਸਮਰਪਤ ਸਮਝਦੇ ਆ ਤੁਸੀਂ ਵੀ ਗਾਈਡਲਾਈਨ ਜਿਹੜੀ ਹੈਗੇ ਉਹਨਾਂ ਕੋ ਲਵੋ ਨਾ ਕਿ ਤੁਸੀਂ ਉਹਨਾਂ ਨੂੰ ਗਾਈਡਲਾਈਨ ਦਿਓ ਤੇ ਕੈਲੰਡਰ ਦੇ ਇਸ਼ੂ ਤੇ ਵੀ ਇਸ ਤਰ੍ਹਾਂ ਹੀ ਆ ਇਹ ਸ਼ੁਰੂ ਇਹਨੂੰ 10-12 ਸਾਲ ਬੰਦੇ ਨੂੰ ਲੱਗੇ ਵਿਦਵਾਨਾਂ ਦੀ ਮਿਹਨਤ ਤੋਂ ਬਾਅਦ ਇਹ ਬਣਿਆ ਤੇ ਜਦੋਂ ਇਹਦੇ ਵਿੱਚ ਚੇਂजेस ਆਇਆ ਜਦੋਂ ਬਣਿਆ ਸੀ ਉਦੋਂ ਹੀ ਇਹ ਗੱਲ ਤੈਅ ਹੋ ਗਈ ਸੀ ਕਿ ਅਗਰ ਇਨ ਕੇਸ ਕੱਲ ਨੂੰ ਕੋਈ ਲੋੜ ਪਵੇ ਤੇ ਇਹਦੇ ਵਿੱਚ ਚੇਂजेस ਹੋ ਸਕਦੀਆਂ ਅਗਰ ਚੇਂजेस ਕਰਨ ਦਾ ਖਾਲਸਾ ਪੰਥ ਨੂੰ ਹੱਕ ਨਹੀਂ ਹੈਗਾ ਕਿਤੇ ਜਾ ਅਧਿਕਾਰ ਨਹੀਂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਬਾਕੀ ਰਹਿਤ ਮਰਜ਼ਾਦਾ ਜਾਂ ਹੋਰ ਕੋਈ ਵੀ ਜਿੰਨੇ ਡਾਕੂਮੈਂਟ ਹੈਗੇ ਪੰਥ ਨੇ ਬਣਾਏ ਹੋਏ ਪੰਥਰ ਨੂੰ ਚੇਂਜ ਕਰ ਸਕਦਾ ਤੇ ਸਾਡਾ ਉਹਨਾਂ ਨਾਲ ਇਹੀ ਕਨਫਲਿਕਟ ਹੈ ਕਿ ਤੁਸੀਂ ਜਿਹੜਾ ਯੂਨਿਲੇਟਰਲ ਚੇਂਜ ਕੀਤੀ ਆ ਕਿਸੇ ਨੂੰ ਤੁਸੀਂ ਪੁੱਛਿਆ ਨਹੀਂ ਤੇ ਅਗਰ ਉਹ ਅੱਜ ਵੀ ਪ੍ਰੋਸੈਸ ਜਿਹੜਾ ਹੈਗਾ ਆਪਣਾ ਸਹੀ ਕਰ ਦੇਣ ਡਿਊ ਪ੍ਰੋਸੈਸ ਬਣਾਉਣ ਜਿਸ ਤਰ੍ਹਾਂ ਕੈਲੰਡਰ ਬਣਿਆ ਸੀ ਅਗਰ ਚੇਂਜ ਕਰਨਾ ਉਸੇ ਤਰ੍ਹਾਂ ਉਹਨੂੰ ਚੇਂਜ ਕਰ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਪਤਾ ਨਹੀਂ ਲੱਗਦਾ ਕਿ ਇਹਦੇ ਨਾਲ ਬਹੁਤ ਹੁਣ ਪ੍ਰੋਬਲਮ ਹੋ ਗਈ ਹੈ ਕਮਿਊਨਿਟੀ ਜਿਹੜੀ ਹੈ ਉਹ ਕਨਫਿਊਜ਼ ਹੋ ਗਈ ਹੈ ਕਿਉਂਕਿ ਉੱਥੇ ਉਹਨਾਂ ਨੇ ਹੁਣ ਦੁਬਾਰਾ ਬਿਕਰਮੀ ਕੈਲੰਡਰ ਵੱਲ ਨੂੰ ਚਲੇ ਗਿਆ ਤੁਸੀਂ ਨਾਨਕਸ਼ਾਈ ਕੈਲੰਡਰ ਮੰਨ ਰਹੇ ਜੀ ਇਹਨਾਲ ਕਮਿਊਨਿਟੀ ਜਿਹੜੀ ਹੈ ਮੈਂ ਜਿਵੇਂ ਕਿਹਾ ਵੀ ਕਨਫਿਊਜ਼ ਹੋ ਗਈ ਬਿਲਕੁਲ ਕਨਫਿਊਜ਼ ਹੋ ਗਈ ਜੀ ਪਰ ਇਹਦੇ ਵਿੱਚ ਜਿਹੜਾ ਜ਼ਿਆਦਾ ਮੈਂ ਸਮਝਦਾ ਵੀ ਜਿਹੜਾ ਦੋਸ਼ ਆ ਤਾਂ ਉਹ ਤਾਂ ਉਹਨਾਂ ਤੇ ਹੀ ਆ ਉਹ ਕਿਸੇ ਦੀ ਗੱਲ ਸੁਣ ਨਹੀਂ ਰਿਹਾ ਇੰਜ ਲੱਗ ਰਿਹਾ ਵੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦਾ ਬੇਸਿਕ ਰੋਲ ਜਿਹੜਾ ਧਾਰਮਿਕ ਰੋਲ ਆ ਗੁਰਦੁਆਰਿਆਂ ਦੀ ਦੇਖਰੇਖ ਸੇਵਾ ਸਮਾਗ ਪਰ ਕਿਉਂਕਿ ਇੱਥੇ ਸਾਰੇ ਗੁਰਦੁਆਰੇ ਇੰਡੀਪੈਂਡੈਂਟ ਆ ਤਾਂ ਨਹੀਂ ਲੱਗਦਾ ਕਿ ਇੱਥੋਂ ਦੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਜ਼ਿਆਦਾ ਸਿਆਸੀ ਆਰਗੇਨਾਈਜੇਸ਼ਨ ਨਹੀਂ ਹੈ ਇੱਕ ਧਾਰਮਿਕ ਕਾਟ ਆ ਡਿਪ ਸਾਡਾ ਦੇਖੋ ਜਿਹੜਾ 6ਵੇਂ ਪਾਤਸ਼ਾਹ ਦੇ ਵੇਲੇ ਤੋਂ ਹੀ ਜਿਹੜਾ ਸਾਡਾ ਰੋਲ ਆ ਪੰਥ ਦਾ ਉਹ ਮੀਰੀ ਤੇ ਪੀਰੀ ਦਾ ਰੋਲ ਵੀ ਰਿਹਾ ਮਤਲਬ ਧਰਮ ਤੇ ਸਿਆਸਤ ਇੱਕ ਬੜਾ ਵੱਖਰੇ ਕਿਸਮ ਦਾ ਵਿਸ਼ਾ ਹੈ ਜਿਹਨੂੰ ਜਿਹਨੂੰ ਸ਼ਾਇਦ ਦੁਨੀਆ ਵੀ ਅਜੇ ਤੱਕ ਹੋਰ ਤਰ੍ਹਾਂ ਦੇਖਦੀ ਹੈ ਤੇ ਇਹ ਇੱਕ ਲੰਬੀ ਬਹਿਸ ਦਾ ਵਿਸ਼ਾ ਹੈਗਾ ਤੇ ਸਿਆਸੀ ਵੀ ਹੈ ਸਾਡਾ ਤੇ ਧਾਰਮਿਕ ਵੀ ਹੈ ਤੇ ਕੋਈ ਸਮਾਜਿਕ ਕੰਮ ਵੀ ਕਰਦੇ ਜੇ ਜਾਂ ਸਿਰਫ ਧਾਰਮਿਕ ਔਰ ਸਿਆਸੀ ਮਸਲਿਆਂ ਦੇ ਵਿੱਚ ਹੀ ਤੁਸੀਂ ਕੋਈ ਸੇਧ ਦਿੰਦੇ ਜੇ ਦਰਅਸਲ ਜਿਹੜਾ ਸਾਡਾ ਕੌਕਸ ਬਣਾਉਣ ਦਾ ਮੰਤਵ ਜਾਂ ਮਕਸਦ ਆ ਉਹ ਹੈ ਹੀ ਇਹ ਸੀ ਕਿ ਜਿਹੜੀ ਆਵਾਜ਼ ਹੈ ਆਪਣੀ ਉਹਨੂੰ ਹੋਰ ਬੁਲੰਦ ਲੈਵਲ ਤੇ ਅਸੀਂ ਜਿੱਥੇ ਵੀ ਕਿਤੇ ਸਾਨੂੰ ਸਿੱਖਾਂ ਨੂੰ ਜਿਹੜੇ ਇਸ਼ੂਜ਼ ਆ ਉਹ ਪੇਸ਼ ਆਉਂਦੇ ਆ ਮੈਂ ਨੋਟਿਸ ਕੀਤਾ ਵਾ ਕਿ ਕਈ ਇੱਥੇ ਸਟੇਟ ਅਸੈਂਬलीज ਨੇ ਵਿਸਾਖੀ ਦੇ ਉੱਤੇ ਰੈਜ਼ੋਲੂਸ਼ਨ ਪਾਸ ਕੀਤੀਆਂ ਥੋੜੇ ਦਿਨ ਪਹਿਲਾਂ ਕੈਲੀਫੋਰਨੀਆ ਦੀ ਅਸੈਂਬਲੀ ਨੇ 1984 ਜਿਹੜੀ ਸਿੱਖਾਂ ਦੇ ਖਿਲਾਫ ਹਿੰਸਾ ਹੋਈ ਸੀ ਉਹ ਦਿੱਤੇ ਰੈਜ਼ੋਲੂਸ਼ਨ ਪਾਸ ਕੀਤੀ ਹੈ ਉਹਨਾਂ ਨੇ ਜੈਨੋਸਾਈਡ ਨਸਲ ਕੁਸ਼ੀ ਕਰਾ ਦਿੱਤਾ ਵਾ ਜੀ ਜੀ ਹੋਰ ਵੀ ਕੋਈ ਇਸ ਤਰ੍ਹਾਂ ਦੇ ਰੈਜ਼ੋਲੂਸ਼ਨਸ ਤੁਸੀਂ ਪਾਸ ਕਰਨ ਦੀ ਕੋਸ਼ਿਸ਼ ਕਰਦੇ ਜੇ ਇਹਨਾਂ ਅਸੈਂਬਲੀਜ਼ ਦੇ ਵਿੱਚ ਦੇਖੋ ਇਹ ਬਹੁਤ ਵੱਡਾ ਉਦਮ ਆ ਸਿੱਖਾਂ ਦਾ ਜਿਹੜਾ ਜੈਨਾ ਵੀ ਸੈਕਰਮੈਂਟੋ ਦੇ ਏਰੀਏ ਤੋਂ ਸਾਡੇ ਮੇਜਰ ਮੈਂਬਰ ਨੇ ਅਮਰ ਸਿੰਘ ਸ਼ੇਰਗਿੱਲ ਉਹਨਾਂ ਦਾ ਇਸ ਵਿੱਚ ਬੜਾ ਮੇਜਰ ਰੋਲ ਆ ਮਾਈਕ ਸਿੰਘ ਬੋਪਰ ਆ ਇਹਨਾਂ ਨੇ ਰਲ ਕੇ ਕਾਂਗਰਸ ਮੈਂ ਜਿਹੜੇ ਮੈਂਬਰ ਅਸੈਂਬਲੀ ਦੇ ਮੈਂਬਰਸ ਹੈ ਉਹਨਾਂ ਨੂੰ ਆ ਗੱਲਬਾਤ ਕਰਕੇ ਇਹ ਲਿਆਂਦਾ ਇਸੇ ਤਰ੍ਹਾਂ ਹੀ ਜਿਹੜੀ ਅਸੈਂਬਲੀ ਫਿਲਾਡਲਫੀਆ ਦੇ ਵਿੱਚ ਉਹਨਾਂ ਨੇ ਯਤਨ ਕੀਤਾ ਹੌਲੀ ਹੌਲੀ ਦੇਖੋ ਕੈਲੀਫੋਰਨੀਆ ਜਿਹੜੀ ਇਹ ਬੜੀ ਵੱਡੀ ਸਟੇਟ ਹੈ ਮਤਲਬ ਇਕਨੋਮੀ ਦੇ ਹਿਸਾਬ ਨਾਲ ਦੁਨੀਆ ਦਾ 7ਵਾਂ ਮੁਲਕ ਵੀ ਇਹਨੂੰ ਕਹਿੰਦੇ ਆ ਇੱਥੇ ਜਿਹੜਾ ਕਾਨੂੰਨ ਪਾਸ ਹੋਣਾ ਜਾਂ ਇੱਥੇ ਇਸ ਤਰ੍ਹਾਂ ਦਾ ਬਿੱਲ ਲੈ ਕੇ ਆਉਣਾ ਇਹ ਬਹੁਤ ਵੱਡੀ ਅਚੀਵਮੈਂਟ ਹੈ ਤੇ ਸਾਡਾ ਯਤਨ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਬਾਕੀ ਵੀ ਜਿਹੜੀਆਂ ਸਟੇਟ ਅਸੈਂਬਲੀਆਂ ਹੈਗੀਆਂ ਉਹ ਵੀ ਇਸ ਨੂੰ ਫੋਲੋ ਕਰਨ ਪਰ ਤੰਨੀ ਲੱਗਦਾ ਕਿ ਇਸ ਸਭ ਦੇ ਨਾਲ ਜਦੋਂ ਇਸ ਤਰ੍ਹਾਂ ਦੀ ਰੈਜ਼ੋਲੂਸ਼ਨ ਪਾਸ ਹੁੰਦੀਆਂ ਹਨ ਕਿਸੇ ਤੁਸੀਂ ਪਾਰਟੀ ਦੇ ਖਿਲਾਫ ਹੋ ਸਕਦੇ ਜੇ ਪਾਰਟੀ ਦੀ ਕਾਰਵਾਈ ਦੇ ਖਿਲਾਫ ਹੋ ਸਕਦੇ ਉਹਦੇ ਕਾਰਗੁਜ਼ਾਰੀ ਦੇ ਖਿਲਾਫ ਹੋ ਸਕਦੇ ਜੇ ਜਦੋਂ ਇਹੋ ਜਿਹੀ ਰੈਜ਼ੋਲੂਸ਼ਨ ਪਾਸ ਹੁੰਦੀ ਹੈ ਉਹ ਇੱਕ ਮੁਲਕ ਦੇ ਖਿਲਾਫ ਰੈਜ਼ੋਲੂਸ਼ਨ ਪਾਸ ਹੋ ਜਾਂਦੀ ਹੈ ਐਂਟੀ ਇੰਡੀਆ ਹੋ ਜਾਂਦੀ ਹੈ ਔਰ ਇਸ ਤਰ੍ਹਾਂ ਜਿਹੜੀ ਸਿੱਖ ਕਮਿਊਨਿਟੀ ਆ ਉਹ ਇੰਡੀਅਨ ਗਵਰਨਮੈਂਟ ਤੋਂ ਥੋੜੀ ਦੂਰ ਚਲੀ ਜਾ ਰਹੀ ਹੈ ਨਹੀਂ ਦੇਖੋ ਅਕਸਰ ਇਸ ਤਰ੍ਹਾਂ ਹੈਗਾ ਨਾ ਹਰ ਮਨੁੱਖ ਦੇ ਇੱਕ ਇਸ ਧਰਤੀ ਤੇ ਵਿਚਰਨ ਦਾ ਰਹਿਣ ਦਾ ਉਹਦਾ ਆਪਣਾ ਵੀ ਹੱਕ ਆ ਜਦੋਂ ਤੁਸੀਂ ਉਹ ਹੱਕ ਨੂੰ ਖੋਹਦੇ ਹੋ ਗੈਰ ਮਨੁੱਖੀ ਤਰੀਕੇ ਦੇ ਨਾਲ ਤੇ ਉਹਦੇ ਖਿਲਾਫ ਆਵਾਜ਼ ਉਠਾਉਣੀ ਸਿੱਖ ਦਾ ਪਹਿਲਾ ਫਰਜ਼ ਆ ਤੇ ਪਰ ਇੰਜ ਲੜ ਰਹੇ ਡਾਕਟਰ ਪ੍ਰਸਿੱਪਾਲ ਸਿੰਘ ਕੀ ਹੁਣ ਸਰਕਾਰ ਦੇ ਨਾਲ ਇੰਡੀਅਨ ਗਵਰਨਮੈਂਟ ਦੇ ਨਾਲ ਕੋਈ ਗੱਲਬਾਤ ਦਾ ਕੋਈ ਜਿਹੜਾ ਰਸਤਾ ਵਾ ਉਹ ਅਸੀਂ ਹੌਲੀ ਹੌਲੀ ਬੰਦ ਕਰ ਰਹੇ ਆ ਮੈਂ ਕੁਝ ਦਿਨ ਪਹਿਲਾਂ ਨਿਊਯਾਰਕ ਸਿਟੀ ਦੀ ਸਿੱਖ ਡੇ ਪੈਰੇਡ ਵਖੀਆ ਉੱਥੇ ਵੀ ਜਿਸ ਤਰ੍ਹਾਂ ਦੇ ਫਲੋਟਸ ਨਿਕਲੇ ਜਿਸ ਤਰ੍ਹਾਂ ਦੇ ਉੱਥੇ ਪਲਾਕਾਰਡਸ ਲੋਕੀ ਕੈਰੀ ਕਰ ਰਹੇ ਸੀਗੇ ਸੈਲਫ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕਾਫੀ ਖਾਲਿਸਤਾਨ ਦੇ ਉੱਥੇ ਨਾਰੇ ਲੱਗ ਰਹੇ ਸੀਗੇ ਇਹ ਸਭ ਦੇ ਨਾਲ ਇੰਡੀਆ ਦੇ ਨਾਲ ਜਿਹੜੇ ਸਬੰਧ ਆ ਭਾਰਤ ਸਰਕਾਰ ਦੇ ਨਾਲ ਸਬੰਧ ਆ ਉਹ ਕੌਮ ਦੇ ਸਬੰਧ ਕੁਝ ਹੋਰ ਵਿਗੜ ਰਹੇ ਆ ਤਾਂ ਨਹੀਂ ਲੱਗਦਾ ਕਿ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਆਪਸ ਤੇ ਵਿੱਚ ਗੱਲਬਾਤ ਦੇ ਜ਼ਰੀਏ ਕੋਈ ਨਾ ਕੋਈ ਰਸਤਾ ਲੱਭ ਕੇ ਕੋਈ ਹੱਲ ਲੱਭਿਆ ਜਾਵੇ ਦੇਖੋ ਗੱਲ ਤੁਸੀਂ ਜੇ ਤਾਂ ਇੰਡੀਅਨ ਕੰਟੈਕਸਟ ਦੇ ਵਿੱਚ ਦੇਖਦੇ ਹੋ ਤੇ ਗੱਲ ਹੋ ਸਕਦਾ ਉਹਨਾਂ ਨੂੰ ਇਸੂਟ ਕਰਦੀ ਹੋਵੇ ਜੀ ਪਰ ਸੈਲਫ ਡਿਟਰਮੀਨੇਸ਼ਨ ਦਾ ਤੁਹਾਡਾ ਰਾਈਟ ਵੀ ਤਾਂ ਹੈ ਨਾ ਤੇ ਯੂਨ ਚਾਰਟਰ ਦੇ ਵਿੱਚ ਤੁਹਾਨੂੰ ਉਹਨਾਂ ਨੇ ਰਾਈਟ ਦਿੱਤਾ ਹੋਇਆ ਹੈ ਪੇ ਤੁਸੀਂ ਜਿਹੜੀ ਸੈਲਫ ਡਿਟਰਮਿਨੇਸ਼ਨ ਦੀ ਗੱਲ ਕਰ ਸਕਦੇ ਹੋ ਔਰ ਦੇਖੋ ਖਾਲਸਾ ਪੰਥ ਨੂੰ ਜਿਹੜੀ ਇਸ ਛੇਪ ਵਿੱਚ ਆ 300 ਸਾਲ ਹੋਏ ਆ ਤੇ ਸ਼ੁਰੂ ਤੋਂ ਹੀ ਕੌਮ ਨੇ ਜਿਹੜੀ ਹੈਗੀ ਆ ਸੈਲਫ ਡਿਟਰਮਿਨੇਸ਼ਨ ਦੀ ਸਿੱਖਾਂ ਦੇ ਬੋਲ ਵਾਲੇ ਦੀ ਉਹ ਗੱਲ ਕੀਤੀ ਆ ਅੱਜ ਉਸ ਜਿਹੜੀ ਆ ਹਿੰਦੁਸਤਾਨ ਦਾ ਜਿਹੜਾ ਚੇਗਰਦਾ ਜਾਂ ਹਿੰਦੁਸਤਾਨ ਦੀ ਜਿਹੜੀ ਮਤਲਬ এনवायरमेंट ਸਮਝ ਲਓ ਜਾਂ ਬਾਰਡਰਸ ਕਹਿ ਲਓ ਉਥੇ ਹੋਰ ਤਰ੍ਹਾਂ ਦੀਆਂ ਚੇਂਜਸ ਹੈਗੀਆਂ ਤੇ ਇਹ ਪੱਕੀਆਂ ਤਾਂ ਨਹੀਂ ਹੈਗੇ ਚੇਂਜਸ ਪਰ ਇੱਥੇ ਇਸ ਚੀਜ਼ ਦੀ ਬਹੁਤ ਆਵਾਜ਼ ਉੱਠ ਰਹੀ ਹੈ ਲੇਕਿਨ ਇੰਡੀਆ ਦੇ ਵਿੱਚ ਇਹਨੂੰ ਕੋਈ ਹੰਗਾਰਾ ਨਹੀਂ ਮਿਲਦਾ ਇਹ ਕੀ ਵਜ੍ਹਾ ਦੇਖੋ ਜਦੋਂ ਅ ਰੰਗਦੇਵ ਦੇ ਜਾਣ ਤੋਂ ਬਾਅਦ ਨਾ ਤੇ 100 ਸਾਲ ਐਂ ਲੱਗਦਾ ਸੀ ਇੱਥੇ ਕੁਝ ਨਹੀਂ ਹੋਣਾ ਹੈਗਾ ਪਰ ਸਿੱਖਾਂ ਦੇ ਮਨ ਚੋਂ ਕਦੀ ਜਿਹੜੀ ਆਜ਼ਾਦੀ ਦੀ ਭਾਵਨਾ ਸੀ ਉਹ ਜਾਂਦੀ ਨਹੀਂ ਹੈਗੀ ਬਾਈ ਬਰਥ ਸਦਾਰ ਕਪੂਰ ਸਿੰਘ ਨੇ ਵੀ ਇਹ ਗੱਲ ਕਹੀ ਹੈ ਹੋਰ ਵੀ ਕਈ ਜਗ੍ਹਾ ਕੋਟ ਹੋਈ ਹੈ ਕਿ ਸਿੱਖ ਜਾਂ ਤਾਂ ਬਾਦਸ਼ਾਹ ਤੇ ਜਾਂ ਬਾਦਸ਼ਾਹ ਨਾਲ ਲੜਦਾ ਹੋਇਆ ਬਾਕੀ ਆ ਸੋ ਇਹ ਬਿਚਵਿਚਾਲੇ ਨਹੀਂ ਹੈਗਾ ਬਹੁਤਾ ਸੋ ਇਹ ਗੁਰੂ ਨੇ ਸੇਖ ਨੂੰ ਟਿਊਨ ਹੀ ਇਸ ਤਰ੍ਹਾਂ ਕੀਤਾ ਹੋਇਆ ਉਹਦੀ ਜਿਹੜੀ ਟਿਊਨਿੰਗ ਹੈ ਨਾ ਬੜੇ ਅچھے ਤਰੀਕੇ ਨਾਲ ਹੋਈ ਹੋਈ ਹੈ ਤੇ ਅਸੀਂ ਕਿਸੇ ਦਾ ਹੱਕ ਨਹੀਂ ਖੁੰਦੇ ਹੈਗੇ ਅਸੀਂ ਤਾਂ ਜਿੱਥੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਆ ਦੂਜੇ ਦੇ ਹੱਕ ਅਸੀਂ ਪ੍ਰੋਟੈਕਟ ਵੀ ਕਰਦੇ ਹਾਂ ਤੁਸੀਂ ਕਹਿੰਦੇ ਹੱਕ ਨਹੀਂ ਖੁੰਦੇ ਆਪਣੇ ਹੱਕ ਦੀ ਗੱਲ ਕਰ ਰਹੇ ਬਿਲਕੁਲ ਜੀ ਡਾਕਟਰ ਪਿਤਪਾਲ ਸਿੰਘ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਅਸੀਂ ਡਾਕਟਰ ਪਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨਾਲ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਪ੍ਰਿਤਪਾਲ ਸਿੰਘ ਇਨਫੈਕਟ ਡਾਕਟਰ ਪ੍ਰਿਤਪਾਲ ਸਿੰਘ ਨਾਲ ਸਹੀ ਗੱਲ ਜੜੀ ਗੱਲਬਾਤ ਕਰ ਰਹੇ ਹਾਂ ਇਹ ਬੇਅਰੀਆ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕਰ ਰਹੇ ਹਾਂ ਡਾਕਟਰ ਪ੍ਰਿਤਪਾਲ ਸਿੰਘ ਥੋੜਾ ਦੱਸੋਗੇ ਆਪਣੇ ਪਿਛੋਕੜ ਬਾਰੇ ਤੁਸੀਂ ਇੰਡੀਆ ਚ ਕਿੱਥੋਂ ਆਏ ਕਿੰਨੇ ਸਾਲ ਇੱਥੇ ਆਉਣ ਨੂੰ ਹੋ ਗਿਆ ਔਰ ਕਿੰਨੀ ਕੋਈ ਸਾਲ ਚ ਵਾਪਸ ਜਾਂਦੇ ਚ ਕੋਈ 23 24 ਸਾਲ ਇੱਥੇ ਆਇਆ ਨੂੰ ਹੋ ਗਿਆ ਜੀ ਮੇਰੀ ਮੈਡੀਕਲ ਬੈਕਗ੍ਰਾਉਂਡ ਹੈ ਤੇ ਇੱਥੇ ਆ ਕੇ ਬੈ ਉਹ ਪਰਸੂ ਨਹੀਂ ਕੀਤੀਆਂ ਸਟੱਡੀਜ਼ ਤੇ ਅੱਜ ਕੱਲ ਅਸੀਂ ਜਿਹੜਾ ਆਈਟੀ ਦੇ ਬਿਜ਼ਨਸ ਦੇ ਵਿੱਚ ਹੈਗੇ ਤੇ ਜਿੱਥੇ ਵਾਪਸ ਜਾਣ ਦਾ ਤੱਲਕ ਹੈਗਾ ਤੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਹਦੇ ਨਾਲ ਸਾਡੇ ਸਰਕਾਰ ਦੇ ਨਾਲ ਇਕਤਰਾਫਤ ਬੜੇ ਕਾਫੀ ਸੀਰੀਅਸਲੀ ਹੋਏ ਤੇ ਉਹਦੇ ਤੋਂ ਬਾਅਦ ਫਿਰ ਮੈਂ ਜਦੋਂ ਇੱਥੇ ਆਇਆ ਜੀ ਏਸੀ ਵਜਾ ਕਰਕੇ ਮੈਂ ਵਾਪਸ ਨਹੀਂ ਗਿਆ ਹੈਗਾ ਪਰ ਜੀਤ ਕਰਦਾ ਹੋਊਗਾ ਵੀ ਗੁਰੂ ਦੇ ਘਰ ਜਾ ਕੇ ਨਮਸਤਕ ਹੋ ਜੀ ਤੁਹਾਡੀ ਧਰਤੀ ਆ ਜੀ ਤੁਹਾਡੀ ਧਰਤੀ ਆ ਧਰਤੀ ਦਾ ਮੋਹ ਹਮੇਸ਼ਾ ਪਰ ਇਸ ਮੋਹ ਦੇ ਨਾਲੋਂ ਵੀ ਤੁਹਾਨੂੰ ਜਿਹੜਾ ਆਪਣਾ ਸੰਘਰਸ਼ ਆ ਜੀ ਜਿਹੜਾ ਤੁਸੀਂ ਤੁਹਾਡੇ ਜਾਨ ਤੇ ਕੁਝ ਵਰਤਿਆ ਹੁੰਦਾ ਜੀ ਉਹ ਜ਼ਿਆਦਾ ਪਿਆਰਾ ਤੇ ਹਿਰਦੇ ਦੇ ਵਿੱਚ ਹੀ ਯਾਦ ਹੈਗੀ ਗੁਰੂ ਦੀ ਜਮਾਲ ਹਰਮੰਦਾ ਸਾਹਿਬ ਦੇ ਦਰਸ਼ਨ ਤਾਂ ਹਰ ਸਿੱਖ ਲੋਚਦਾ ਜੀ ਪਰ ਪਰ ਕਦੀ ਕੋਈ ਕੋਸ਼ਿਸ਼ ਕੀਤੀ ਵਾਪਸ ਜਾਣ ਦੀ ਨਹੀਂ ਕੀ ਗੱਲ ਕੋਸ਼ਿਸ਼ ਕਿਉਂ ਨਹੀਂ ਕੀਤੀ ਇੰਨੀ ਕਿਉਂ ਤਲਖੀ ਹੋ ਗਈ ਅ ਮੈਂ ਪੋਲਿਟਿਕਲੀ ਜੀ ਮੰਨ ਲਓ ਮੈਨੂੰ ਲੱਗਦਾ ਵੀ ਉੱਥੇ ਪ੍ਰੋਬਲਮ ਪੈ ਗਈ ਜੇ ਮੈਂ ਜਾਣ ਮਤਾਂ ਪਰ ਤੁਸੀਂ ਕੋਸ਼ਿਸ਼ ਨਹੀਂ ਕੀਤੀ ਸੋ ਕਿਵੇਂ ਇਮੇਜਿਨ ਕਰ ਰਹੇ ਹੋ ਪਤਾ ਲੱਗਦਾ ਰਹਿੰਦਾ ਜੀ ਇਹ ਇੱਕ ਹੋਰ ਮੈਂ ਦੇਖ ਨੋਟਿਸ ਕੀਤਾ ਡਾਕਟਰ ਪਿਤਪਾਲ ਸਿੰਘ ਕਿ ਬਹੁਤ ਸਾਰੇ ਜਿਹੜੇ ਸਿੱਖ ਬਾਹਰ ਵਸਦੇ ਆ ਉਹ ਗਵਰਨਮੈਂਟ ਆਫ ਇੰਡੀਆ ਕਾਂਗਰਸ ਸਰਕਾਰ ਉਹਨਾਂ ਦੇ ਨਾਲ ਤੇ ਉਹਨਾਂ ਦੇ ਤਲਕਤ ਖਰਾਬ ਹੈ ਹੀ ਬਦਲ ਪਰਿਵਾਰ ਜਿਹੜਾ ਵਾ ਔਰ ਬਦਲ ਸਰਕਾਰ ਨੂੰ ਵੀ ਬਹੁਤ ਕ੍ਰਿਟਿਕਾਈਜ਼ ਕਰਦੇ ਉਹਦੀ ਬਹੁਤ ਆਲੋਚਨਾ ਕਰਦੇ ਆ ਨਿਖੇਦੀ ਕਰਦੇ ਆ ਇਹਦੀ ਕੀ ਵਜ੍ਹਾ ਲੱਗਦੀ ਤੁਹਾਨੂੰ ਤਰਪrakash ਸਿੰਘ ਬਾਦਲ ਜਿਹੜੇ ਕਿ ਬੜੇ ਲੰਮੇ ਸਮੇਂ ਤੋਂ ਸਿੱਖ ਸਾਸਪੇ ਛਾਏ ਹੋਏ ਨੇ ਔਰ ਜਿਸ ਤਰ੍ਹਾਂ ਪਿਛਲੇ ਸਮੇਂ ਚ ਇਹਨਾਂ ਨੇ 35-40 ਸਾਲ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ ਅਕਾਲ ਤਖਸਾਲ ਤੇ ਸ਼੍ਰੋਮਣੀ ਕਮੇਟੀ ਜਿਹੜੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਾਸਤੇ ਬਣੀ ਸੀ ਜਿਸ ਤਰ੍ਹਾਂ ਇਹਨਾਂ ਨੇ ਉਹਨਾਂ ਨੂੰ ਕੰਟਰੋਲ ਕਰਕੇ ਆਪਣੇ ਹੱਕ ਦੇ ਵਿੱਚ ਬੁਕਤਾਇਆ ਸਾਡੇ ਇਹਨਾਂ ਨੇ ਇਸ ਕਰਕੇ ਸੀਰੀਅਸ ਇਕਤਲਾਫ ਪਾਟ ਇਸ ਕਰਕੇ ਸੀਨਨਾ ਗੱਟ ਲੌਂਗ ਨਹੀਂ ਕਰ ਸਕਦਾ ਜੀ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਇਸ ਕਮੇਟੀ ਨੂੰ ਹੋਣ ਚਾਇਆ ਬਹੁਤ ਸਾਲ ਹੋ ਗਏ 1925 ਜਦੋਂ ਗੁਰਦੁਆਰਾ ਐਕਟ ਬਣੀ ਆ ਉਦੋਂ ਦੀ ਗੁਰਦੁਆਰਾ ਕਮੇਟੀ ਬਣੀ ਆ ਹੁਣ ਤੁਹਾਨੂੰ ਲੱਗਦਾ ਵਾ ਕਿਉਂਕਿ ਬਹੁਤ ਸਾਲ ਹੋ ਗਏ ਆ ਹਾਲਾਤ ਵੀ ਬਦਲ ਗਏ ਆ ਪੀ ਐਸ ਜੀ ਪੀ ਸੀ ਨੂੰ ਇੱਕ ਨਵੀਂ ਰੂਪਰੇਖਾ ਦੇਣ ਦੀ ਲੋੜ ਆ ਰੀਸਟ੍ਰਕਚਰ ਕਰਨ ਦੀ ਲੋੜ ਹੈ ਜੀ ਬਿਲਕੁਲ ਦੇਖੋ ਵੈਸੇ ਜੇ ਤੁਸੀਂ ਸ਼ੁਰੂ ਤੋਂ ਹੀ ਨਗਾ ਮਾਰੋ ਗੁਰੂ ਕਾਲ ਤੋਂ ਹੀ ਗੁਰਦੁਆਰਾ ਪ੍ਰਬੰਧ ਵਾਸਤੇ ਵੱਖਰੇ ਵੱਖਰੇ ਜਿਹੜੇ ਪ੍ਰਬੰਧ ਆਉ ਚੱਲਦੇ ਰਹੇ ਗੁਰੂ ਸਾਹਿਬ ਦੇ ਵੇਲੇ ਹੀ ਪਹਿਲਾਂ ਮਹੰਤ ਸਿਸਟਮ ਜੀ ਤੀਜੇ ਪਾਤਸ਼ਾਹ ਦੇ ਵੇਲੇ ਮੰਜੀ ਸਿਸਟਮ ਫੇਰ ਮਹੰਦ ਸਿਸਟਮ ਮਸੰਦ ਸਿਸਟਮ ਔਰ ਮਸੰਦਾਂ ਨੇ ਦਸਮ ਪਾਤਸ਼ਾਹ ਦੇ ਵੇਲੇ ਮਤਲਬ ਇੰਨੀਆਂ ਕਰਤਾਂ ਕੀਤੀਆਂ ਗੁਰੂ ਸਾਹਿਬ ਨੂੰ ਬੜਾ ਸਖਤ ਫੈਸਲਾ ਲੈਣਾ ਪਿਆ ਉਹਨਾਂ ਦੇ ਖਿਲਾਫ ਮਸੰਦ ਸਿਸਟਮ ਤੋਂ ਬਾਅਦ ਮਹੰਤ ਸਿਸਟਮ ਆਇਆ ਤੁਹਾਡੇ ਮਹੰਤ ਸਿਸਟਮ ਨੂੰ ਕਿੰਨੀਆਂ ਕੁਰਬਾਨੀਆਂ ਦੇ ਕੇ ਖਾਲਸਾ ਪੰਥ ਨੇ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਤੇ ਦੂਸਰਾ ਇਹ ਵੀ ਅੱਗੇ ਜਿਹੜੇ ਸਿੱਖਾਂ ਦੀ ਬਹੁਤੀ ਵਸੋਂ ਸੀ ਉਹ ਪੰਜਾਬ ਦੇ ਵਿੱਚ ਗਿਰਦੇ ਵਿੱਚ ਹੀ ਸੀ ਤੇ ਹੁਣ ਤਾਂ ਮਤਲਬ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਔਰ ਦੁਨੀਆ ਦੇ ਵਿੱਚ ਇਸਲੇ ਮਤਲਬ ਤੀਜਾ ਹਿੱਸਾ ਕੌਮ ਦਾ ਜਿਹੜਾ ਹੈਗਾ ਉਹ ਬਾਹਰਲੇ ਮੁਲਕਾਂ ਦੇ ਵਿੱਚ ਵਸਦਾ ਤੁਹਾਨੂੰ ਲੱਗਦਾ ਕਿ ਜਿਹੜੇ ਆਪਣੇ ਐਨਆਰਆਈ ਆ ਪੰਜਾਬੀ ਸਿੱਖ ਬਾਹਰ ਵਸਦੇ ਆ ਉਹਨਾਂ ਨੂੰ ਜਿਹੜੀ ਵੀ ਐਸਸੀਪੀਸੀ ਜਿਹੋ ਜਿਹੀ ਵੀ ਸੰਸਥਾ ਬਣੇ ਉਹਦੇ ਵਿੱਚ ਕੋਈ ਹੋਰ ਕੋਪਸ਼ਨ ਹੋਣੀ ਚਾਹੀਦੀ ਆ ਨਾਮਿਨੇਸ਼ਨ ਹੋਣੀ ਚਾਹੀਦੀ ਆ ਜਾਂ ਉਹਨਾਂ ਦੀ ਨੁਮਾਇੰਦਗੀ ਜ਼ਿਆਦਾ ਹੋਣੀ ਚਾਹੀਦੀ ਆ ਅਸੀਂ ਉਹਨੂੰ ਰਿਜੈਕਟ ਕਰ ਦਿੰਦੇ ਆ ਉਹਦਾ ਕਾਰਨ ਇਹ ਹੈ ਵੀ ਜਿਹੜੀ ਐਜੀਪੀਸੀ ਆ ਉਹ ਸਟੈਚੂਟਰੀ ਬਾਡੀ ਆ ਜੀ ਇਹ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਥੱਲੇ ਗਵਰਨ ਹੁੰਦੀ ਆ ਅਸੀਂ ਇੱਕ ਇੰਡੀਪੈਂਡੈਂਟ ਮੁਲਕ ਵਿੱਚ ਵਸਦੇ ਆ ਐਜ਼ ਅ ਅਮਰੀਕਨ ਸਿੱਖਾਂ ਵਰਕਰ ਅਸੀਂ ਕਿਸੇ ਹੋਰ ਮੁਲਕ ਦੇ ਕਾਨੂੰਨ ਥੱਲੇ ਆਪਣੇ ਆਪ ਨੂੰ ਗਵਰਨ ਹੋਣਾ ਠੀਕ ਨਹੀਂ ਸਮਝਦੇ ਇਹਦੀ ਵਜ੍ਹਾ ਕਰਕੇ ਇਹਦੇ ਕੋਈ ਬੈਟਰੇ ਹੋਏਗਾ ਕਿ ਸ੍ਰੀ ਗੁਰੂ ਕਾਲਤਾਖਸਬ ਦੀ ਜਿਹੜੀ ਸੰਸਥਾ ਹੈ ਉਹਨੂੰ ਸਟਰੋਂਗ ਕੀਤਾ ਜਾਵੇ ਉਹਦੇ ਥੱਲੇ ਕੋਈ ਨਾ ਕੋਈ ਇਦਾਂ ਦਾ ਤਾਣਾ ਬਾਣਾ ਬੁਣ ਲਿਆ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਧਾਰਮਿਕ ਸਮਾਜਿਕ ਤੇ ਸਿਆਸੀ ਜਿਹੜੀਆਂ ਲੋੜਾਂ ਹੈਗੀਆਂ ਜਾਂ ਜਿਹੜੀਆਂ ਸਾਡੀਆਂ ਵਿਚਾਰ ਹੈਗੇ ਆ ਉੱਥੇ ਡਿਸਕਸ ਕਰਕੇ ਉਹਨਾਂ ਨੂੰ ਵਾਧਾ ਕੀਤਾ ਜਾਵੇ ਡਾਕਟਰ ਬਿਤਪਾਲ ਜੀ ਉੱਥੇ ਇੱਕ ਇੰਡੀਆ ਦੇ ਵਿੱਚ ਹੋਰ ਵੀ ਡਿਮਾਂਡ ਇੱਕ ਤੇ ਉੱਥੇ ਡਿਮਾਂਡ ਹੋ ਰਹੀਆਂ ਵੀ ਵੱਖਰੀਆਂ ਵੱਖਰੀਆਂ ਸਟੇਟਾਂ ਜਿਹੜੀਆਂ ਉਹ ਵੱਖਰੀਆਂ ਵੱਖਰੀਆਂ ਕਮੇਟੀਆਂ ਬਣਾਉਣ ਹਰੀ ਆਨੇ ਚੇ ਇੱਕ ਮਿਟੀ ਬਣ ਗਈ ਆ ਉਹਦੇ ਤੇ ਇੱਕ ਵਿਵਾਦ ਐ ਇਸ ਵੇਲੇ ਹੋ ਰਿਹਾ ਐ ਇਸੇ ਤਰ੍ਹਾਂ ਦੀ ਡਿਮਾਂਡ ਯੂਪ Rajasthan ਤੋਂ ਵੀ ਆ ਰਹੀ ਐ ਦਿੱਲੀ ਚ ਵੱਖਰੀ ਕਮੇਟੀ ਆਲਰੇਡੀ ਐ ਦੂਜੇ ਪਾਸੇ ਆਲ ਇੰਡੀਆ ਗੁਰਦੁਆਰਾ ਐਕਟ ਦੀ ਵੀ ਇੱਕ ਡਿਮਾਂਡ ਆ ਰਹੀ ਐ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਵੱਖਰੀ ਆਲ ਇੰਡੀਆ ਗੁਰਦੁਆਰਾ ਐਕਟ ਹੋਣੀ ਚਾਹੀਦੀ ਐ ਕਿ ਹਰ ਰਾਜ ਦੇ ਵਿੱਚ ਇੱਕ ਵੱਖਰੀ ਕਮੇਟੀ ਹੋਣੀ ਚਾਹੀਦੀ ਬੈਟਰ ਹੋਏਗਾ ਹਰ ਰਾਜ ਦੀ ਆਪਣੀ ਕਮੇਟੀ ਹੋਵੇ ਕਿਉਂਕਿ ਜੇ ਆਲ ਇੰਡੀਆ ਗੁਰਦੁਆਰਾ ਐਕਟ ਐ ਨਾ ਜਿਹੜਾ ਉਹ ਤਾਂ ਬਿਲਕੁਲ ਹੀ ਇੱਕੋ ਹੀ ਚਾਬੀ ਨਾਲ ਸਾਰੇ ਦਰਵਾਜ਼ੇ ਖੋਲਣਗੇ ਉਹ ਜਿੰਨੀ ਦੇਰ ਤੱਕ ਤਾਂ ਦੇਖੋ ਜਿਹੜਾ ਬੇਸਿਕ ਸੋਚਣ ਵਾਲੀ ਗੱਲ ਹੈ ਨਾ ਉਹ ਇਹ ਹੈਗੀ ਆ ਜਿਹੜਾ ਕੰਟਰੋਲ ਹੈ ਨਾ ਫੈਸਲਾ ਲੈਣ ਦਾ ਉਹ ਸਿੱਖਾਂ ਦੇ ਕੋਲ ਹੋਣਾ ਚਾਹੀਦਾ ਹੁਣ ਪਿਛਲੇ ਸਮੇਂ ਚ ਇਹਨਾਂ ਨੇ ਜੇ ਤੁਸੀਂ ਐਸਜੀਪੀਸ ਦਾ ਵੀ ਸਾਰਾ ਸਟਰਕਚਰ ਦੇਖਦੇ ਆ ਤੇ ਉਹਨੂੰ ਹੈੱਡ ਤਾਂ ਅੰਮ੍ਰਿਤਸਰ ਦਾ ਡੀਸੀ ਕਰਦਾ ਜਦੋਂ ਕਨਵਿਨ ਕਰਨਾ ਹੁੰਦਾ ਠੀਕ ਹੈ ਉਹਨੇ ਕਦੇ ਦਖਲ ਨਹੀਂ ਦਿੱਤਾ ਹੁਣ ਪਿਛਲੇ ਦਿਨਾਂ ਚ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਹੈ ਉੱਥੋਂ ਦੇ ਉਹ ਆਪ ਉਹਦੇ ਮੈਂਬਰ ਬਣ ਗਏ ਜਿੰਨੇ ਫੈਸਲਾ ਕਰਨਾ ਪਰ ਜਿਹੜੇ ਵਿੱਚ ਵੱਖਰੀ ਵੱਖਰੀਆਂ ਸਟੇਟਾਂ ਦੀਆਂ ਕਮੇਟੀਆਂ ਹੋਣਗੀਆਂ ਤੇ ਉੱਥੋਂ ਦੀ ਸਰਕਾਰ ਜਿਹੜੀ ਆ ਉਹ ਦਖਲ ਦੇ ਸਕਦੀ ਜਿਵੇਂ ਹੁਣ ਇੱਕ ਥਾਂ ਤੇ ਤੁਸੀਂ ਵੇਖਿਆ ਹੀ ਆ ਕਿ ਸ਼ਾਇਦ ਬੀਜੇਪੀ ਦੇ ਇੱਕ ਜਾਂ ਆਰਐਸਐਸ ਦੇ ਮੈਂਬਰ ਆ ਜਿਹੜੇ ਉਹ ਉੱਥੋਂ ਦੇ ਮੁਖੀ ਹੋ ਗਏ ਇਹਨੂੰ ਫਿਰ ਕਿਵੇਂ ਰੋਕੋਗੇ ਦੇਖੋ ਮੈਂ ਜਿੱਦਾਂ ਪਹਿਲਾਂ ਕਿਹਾ ਸੀ ਨਾ ਵੀ ਇਹ ਅਸਲੇ ਵਕਤੀ ਤੌਰ ਤੇ ਲੋਕ ਸਰਕਾਰਾਂ ਉਥੋਂ ਦੇ ਰਹਿਣ ਵਾਲੇ ਲੋਕ ਆਪਣੇ ਤੌਰ ਤੇ ਫੈਸਲਾ ਕਰ ਰਿਹਾ ਅਸੀਂ ਜਿਹੜਾ ਐ ਜੀਪੀਸੀ ਬਣਾਉਣ ਦਾ ਫੈਸਲਾ ਕੀਤਾ ਹੋ ਸਕਦਾ ਕੱਲ ਨੂੰ ਵੀ ਜਾ ਕੇ ਸਾਨੂੰ ਲੱਗੇ ਵੀ ਗਲਤ ਫੈਸਲਾ ਸੀ ਜਾਂ ਠੀਕ ਫੈਸਲਾ ਸੀ ਪਰ ਬੈਟਰ ਇਹ ਹੋਊਗਾ ਵੀ ਸਾਰੇ ਜਿਹੜੇ ਸਮੁੱਚੇ ਖਾਲਸਾ ਪੰਥ ਦੇ ਜਿਹੜੇ ਮੋਤਵਰ ਲੋਕ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਵਾਇਦ ਥਲੇ ਇੱਕ ਯੂਨੀਫਾਰਮ ਜਿਹੜਾ ਕੋਡ ਆ ਉਹਦੇ ਤਹਿਤ ਕੋਈ ਨਾ ਕੋਈ ਇਦਾਂ ਦਾ ਮੰਨਣ ਨੂੰ ਮੰਨਣ ਤਾਂ ਹੀ ਆਉਣ ਵਾਲੇ ਸਮੇਂ ਤੇ ਨਹੀਂ ਤੇ ਪ੍ਰੋਬਲਮਾਂ ਆਉਣਗੀਆਂ ਉੱਠਣਗੀਆਂ ਸਮੱਸਿਆ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਔਰ ਹੋਰ ਤਖਤਾਂ ਦੇ ਜਿਹੜੇ ਜਥੇਦਾਰ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਨੂੰ ਹਟਾਉਣ ਦਾ ਸਿਸਟਮ ਜਿਹੜਾ ਵਾ ਉਹਦੇ ਤੇ ਵੀ ਕਾਫੀ ਕਿੰਤੂ ਪਰੰਤੂ ਹੁੰਦਾ ਰਿਹਾ ਵਾ ਤੁਹਾਨੂੰ ਲੱਗਦਾ ਕਿ ਜਿਹੜਾ ਪ੍ਰੈਜ਼ੈਂਟ ਸਿਸਟਮ ਆ ਇਹਨੂੰ ਬਦਲ ਦੀ ਲੋੜ ਹੈ ਕਿਉਂਕਿ ਬਹੁਤ ਲੋਕੀ ਮੰਨਦੇ ਆ ਕਿ ਜਿਹੜੇ ਅਕਾਲ ਤਖਤ ਦੇ ਜਥੇਦਾਰ ਆ ਜਾਂ ਬਾਕੀ ਜਿਹੜੇ ਤਖਤਾਂ ਦੇ ਜਥੇਦਾਰ ਆ ਉਹ ਇੱਕ ਤਰੀਕੇ ਦੇ ਐਸਜੀਪੀਸੀ ਦੇ ਨੌਕਰ ਵਾਂਗੂ ਕੰਮ ਕਰਦੇ ਅਸਲ 'ਚ ਸਿਸਟਮ ਤਾਂ ਹੈ ਹੀ ਨਹੀਂ ਨਾ ਕੋਈ ਜੇ ਤੁਸੀਂ ਐਸਜੀਪੀਸੀ ਦਾ ਕਨਸਟੀਟਿਊਸ਼ਨ ਦੇਖੋ ਤਾਂ ਉਹਦੇ ਵਿੱਚ ਕੋਈ ਇਦਾਂ ਦੀ ਪ੍ਰਥਾ ਨਹੀਂ ਹੈਗੀ ਅਸੀਂ ਵੀ ਅਸੀਂ ਇਸ ਗੱਲ ਨੂੰ ਕੋਰਟ 'ਚ ਵੀ ਲੈ ਜਾਣਾ ਚਾਹੁੰਦੇ ਹਾਂ ਅਸੀਂ ਵੈਦਰਾ ਕੀਤਾ ਆਪਣੇ ਆਪ ਨੂੰ ਕਿ ਇਹਦੇ ਨਾਲ ਸਗੋਂ ਸਮੱਸਿਆ ਵਾ ਹੋਰ ਵਧਣ ਗਈਆਂ ਘਟਣ ਗਈਆਂ ਨਹੀਂ ਏ ਦੇਖੋ ਜਿੱਤੇ ਤੱਕ ਐਸਜੀਪੀਸੀ ਦੇ ਨੌਕਰ ਦਾ ਹੈਗਾ ਨਾ ਤੱਲਕ ਦੇਖੋ ਉਹ ਨਹੀਂ ਕਿਤੇ ਨਾ ਕਿਤੇ ਉਹ ਆਪਣੇ ਤਨਖਾਹ ਵੀ ਡਰਾ ਕਰਨੀ ਆ ਫਾਇਦੇ ਵੀ ਫਾਇਦੇ ਨਹੀਂ ਮਤਲਬ ਜਿਹੜੇ ਆਪਣੇ ਰੋਜ਼ ਦੇ ਕੰਮ ਵੀ ਚਲਾਉਣੇ ਆ ਨੌਕਰੀ ਦਾ ਹੋਇਆ ਕਾਰ ਮਿਲਣੀ ਉਹਨਾਂ ਨੂੰ ਜਾਂ ਸਿਕਿਉਰਿਟੀ ਦਾ ਹੈਗਾ ਸੁਪਰੀਮ ਕੋਰਟ ਦੇ ਜੱਜ ਵੀ ਤਾਂ ਉਸੇ ਸਰਕਾਰ ਦੇ ਨਮਾਇंदे ਹੁੰਦੇ ਆ ਪਰ ਉਹ ਸਰਕਾਰ ਦੀ ਗੱਲ ਤਾਂ ਨਹੀਂ ਸੁਣਦੇ ਹੈਗੇ ਫੈਸਲੇ ਤਾਂ ਇੰਡੀਪੈਂਡੈਂਟ ਹੁੰਦੇ ਆ ਸੋ ਇਹਦੇ ਇਹਦੇ ਤਾਂ ਜਿਹੜੇ ਰੱਖ ਕੇ ਨਾ ਹਰ ਲੈਵਲ ਤੇ ਰੱਖ ਕੇ ਸਾਨੂੰ ਸੋਚਣਾ ਪਊਗਾ ਜਿਹੜੀ ਗਲਤਤਾ ਸਾਫ ਦੀ ਵੀ ਜਿਹੜੀ ਹੈਗੀ ਐ ਸੰਸਥਾ ਐਸਜੀਪੀਸੀ ਵਿੱਚ ਉਹਦੀ ਕੋਈ ਨਹੀਂ ਹੈਗੀ ਇਹ ਸਾਡੇ ਕਨਵੈਨਸ਼ਨਸ ਹੈਗੀਆਂ ਹਾਂ ਇਹ ਵੀ ਇਨਫੈਕਟ ਕੁਝ ਸੰਸਥਾਵਾਂ ਕਹਿ ਰਹੀਆਂ ਮੈਂ ਜਥੇਦਾਰ ਦਾ ਸਿਸਟਮ ਹੀ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਜੀ ਪਰ ਜੇ ਜਥੇਦਾਰ ਨਹੀਂ ਹੋਣਗੇ ਤੇ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਓਵਰਆਲ ਹੈਡ ਜਿਵੇਂ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਲੇਕਿਨ ਜੇ ਉਹਨਾਂ ਦਾ ਮੁਖੀ ਕੋਈ ਨਹੀਂ ਹੋਊਗਾ ਤੇ ਫਿਰ ਕੋਈ ਹਦਾਇਤਾਂ ਕਿੱਥੋਂ ਆਉਣਗੀਆਂ ਡਾਇਰੈਕਸ਼ਨ ਕਿੱਥੋਂ ਆਊਗੀ ਉਹੀ ਕਹਿ ਰਿਹਾ ਸੀਗਾ ਨਾ ਦੇਖੋ ਇਹਨਾਂ ਨੇ ਜਦੋਂ ਇਹ ਕਾਨੂੰਨ ਬਣਾਇਆ ਸੀ ਉਹਦੇ ਵਿੱਚ ਮੱਦਾਂ ਨਹੀਂ ਰੱਖੀਆਂ ਪਰ ਇੱਕ ਤਾਂ ਕਾਨੂੰਨੀ ਪੱਖ ਹੈ ਇੱਕ ਸਾਡਾ ਮਤਲਬ ਪੰਥਕ ਪੱਖ ਹੈ ਕਨਵੈਨਸ਼ਨਸ ਹੈਗੀਆਂ ਸਾਰੀਆਂ ਗੱਲਾਂ ਰਿਟਰਨ ਨਹੀਂ ਹੁੰਦੀਆਂ ਕਈ ਕਨਵੈਨਸ਼ਨਸ ਦੇ ਵਿੱਚੋਂ ਵੀ ਹੁੰਦੀਆਂ ਸਾਡੀ ਕਨਵੈਨਸ਼ਨ ਇਹ ਰਹੀ ਹੈ ਵੀ ਸਾਡੇ ਤਖਤ ਦਾ ਜਥੇਦਾਰ ਹੁੰਦਾ ਪਰ ਤਖਤਾਂ ਦੇ ਜਥੇਦਾਰ ਜਿਸ ਤਰ੍ਹਾਂ ਹੁਣ ਹੈ ਗਿਆ ਇਸ ਤਰ੍ਹਾਂ ਨਹੀਂ ਸੀਗਾ ਤਖਤ ਦਾ ਜਿਹੜਾ ਜਥੇਦਾਰ ਆ ਉਹ ਮਤਲਬ ਤਖਤ ਵਿੱਚ ਤਾਂ ਜਥੇਦਾਰ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਉਹਨਾਂ ਨੇ ਤਾਂ ਜਿਹੜੇ ਉਥੇ ਫੈਸਲੇ ਹੋਣੇ ਆ ਉਹਨਾਂ ਨੂੰ ਲੋਕਾਂ ਨੂੰ ਪੜ੍ਹ ਕੇ ਸੁਣਾਉਣਾ ਉਹ ਮਤਲਬ ਕੰਸੈਂਸਸ ਦੇ ਨਾਲ ਫੈਸਲੇ ਹੋਣੇ ਪੰਥ ਦੇ ਵਿੱਚ ਇਹਦੀਆਂ ਬਹੁਤ ਸਾਰੀਆਂ ਪਰੰਪਰਾਵਾਂ ਹੈਗੀਆਂ ਜਿੱਦਾਂ ਫੈਸਲੇ ਹੁੰਦੇ ਰਹੇ ਅਗਰ ਉਸ ਤਰੀਕੇ ਦੇ ਨਾਲ ਠੀਕ ਹੈ ਉਹ ਇਹਦਾ ਇਹ ਜੋ ਕਹਿ ਸਵਾਲ ਕਰਦੇ ਉਹ ਵੀ ਵੀ ਮਿਠਾਈ ਮਿਲੀਅਨ ਨੂੰ ਹੁਣ ਕਿਦਾਂ ਆਪਾਂ ਗਵਰਨ ਕਰਾਂਗੇ ਸਭ ਤਰੀਕੇ ਹੋ ਸਕਦੇ ਆ ਤੁਸੀਂ ਉਹਦੀ ਮੈਂਬਰਸ਼ਿਪ ਲੈ ਲਓ ਕਿਸੇ ਹੋਰ ਤਰੀਕੇ ਨਾਲ ਉਹਨੂੰ ਕਰ ਲਓ ਸੁਖੀ ਸੁਜੈਸਟ ਕਰਦੇ ਤੁਸੀਂ ਵੀ ਅਕਾਲ ਤਖਤ ਦੇ ਜਥੇਦਾਰ ਜਾਂ ਬਾਕੀ ਤਖਤਾਂ ਦੇ ਜਥੇਦਾਰ ਜਿਹੜੇ ਆ ਉਹ ਹੋਰ ਆਜ਼ਾਦ ਹੋਣ ਇੰਡੀਪੈਂਡੈਂਟ ਹੋਣ ਆਟੋਨਮਸ ਹੋਣ ਕੰਪਲੀਟਲੀ ਇੰਡੀਪੈਂਡੈਂਟ ਉਹਨਾਂ ਦੀ ਆਪਣੀ ਸੋਚ ਹੋਵੇ ਚੈੱਕ ਐਂਡ ਬੈਲੈਂਸ ਤਾਂ ਹਰ ਇੱਕ ਚੀਜ਼ ਦੇ ਵਿੱਚ ਵੀ ਸਿੱਖੀ ਰਹਿਤ ਮਰਿਆਦਾ ਦੇ ਵੀ ਕਾਫੀ ਬਵਾਦ-ਬਵਾਦ ਹੁੰਦੇ ਰਹਿੰਦੇ ਆ ਤੁਹਾਨੂੰ ਕੀ ਲੱਗਦਾ ਵੀ ਸਿੱਖੀ ਰਹਿਤ ਮਰਿਆਦਾ ਦੀ ਜਿਹੜੀ ਡਾਇਰੈਕਸ਼ਨ ਆ ਸੇਧ ਇੱਕ ਥਾਂ ਹੋਣੀ ਚਾਹੀਦੀ ਆ ਕਿਉਂਕਿ ਜਿਹੜੀ ਨਵੀਂ ਪੀੜ੍ਹੀ ਆ ਦੇਖਿਆ ਗਿਆ ਕਿ ਉਹ ਬਹੁਤੇ ਹੁਣ ਸਿੱਖੀ ਦੇ ਨਾਲ ਨਹੀਂ ਜੁੜ ਰਹੇ ਕਈ ਥਾਵਾਂ ਤੇ ਉਹਨਾਂ ਨੂੰ ਨਾਲ ਜੋੜਨ ਲਈ ਕੀ ਕਰਨ ਦੀ ਲੋੜ ਆ ਦੇਖੋ ਜਿਹੜੀ ਰਹਿਤ ਮਰਿਆਦਾ ਆ ਨਾ ਕਈ ਲੋਕਾਂ ਨਾਲ ਮੈਨੂੰ ਆਮ ਸੌਰੀ ਟੂ ਸੇ ਥੈਟ ਵੀ ਕਈ ਲੋਕ ਰਹਿਤ ਮਰਿਆਦਾ ਨੂੰ ਧਰਮ ਮੰਨਣ ਲੱਗ ਪਿਆ ਇਦਾਂ ਨਹੀਂ ਹੈਗਾ ਇਹ ਤਾਂ ਕੋਡ ਆਫ ਕੰਡਕਟ ਆ ਜਿਹੜੀ ਤੁਸੀਂ ਡੇਲੀ ਲਾਈਫ ਤੁਸੀਂ ਕਿਦਾਂ ਉੱਠਣਾ ਕਿਦਾਂ ਬੈਠਣਾ ਉਹ ਆ ਤੇ ਇਹਦੀ ਸਿਹਤ ਜਿਹੜੀ ਆ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਮਿਲਣੀ ਆ ਤੇ ਉਹਦੇ ਵਿੱਚ ਜਿਹੜੀ ਤੁਸੀਂ ਬੱਚਿਆਂ ਵਾਲੀ ਗੱਲ ਕੀਤੀ ਬੱਚੇ ਮੰਨਦੇ ਨਹੀਂ ਹੈਗੇ ਦੇਖੋ ਜਿਹੜਾ ਸਿੱਖੀ ਦਾ ਪਹਿਲਾ ਸਕੂਲ ਆ ਉਹ ਤਾਂ ਘਰ ਚ ਹੀ ਆ ਤੇ ਬੱਚੇ ਦੀ ਜਿਹੜੀ ਮਾਂ ਆ ਉਹਦੀ ਪਹਿਲੀ ਟੀਚਰ ਆ ਜਿਨ੍ਹਾਂ ਘਰਾਂ 'ਚ ਸਿੱਖੀ ਹੈਗੀ ਆ ਜਾਂ ਪੇਰੈਂਟਸ ਜਿਹੜੇ ਹੈਗੇ ਆਪੇ ਨੇ ਬੱਚਿਆਂ ਨੂੰ ਸਿੱਖੀ ਦੇ ਹਿਸਾਬ ਨਾਲ ਤੋਰਦੇ ਆ ਤੇ ਉੱਥੇ ਅਜੇ ਵੀ ਸਿੱਖੀ ਦਾ ਬੋਲ ਬਾਲਾ ਪਤਨੂ ਹੀ ਲੱਗਦਾ ਵਾ ਕਿ ਆਪਣੀ ਆਈਡੈਂਟੀਟੀ ਰੂਪ ਦੇ ਨਾਲ ਨਾਲ ਆਪਾਂ ਨੂੰ ਜਿਹੜਾ ਕਿਰਦਾਰ ਦੇ ਉੱਤੇ ਵੀ ਕਾਫੀ ਜ਼ੋਰ ਦੇਣ ਦੀ ਲੋ ਜੀ ਗੁਰੂ ਨੇ ਤਾਂ ਦੂਰੋ ਦਰ ਹਕਮ ਹੈ ਜੀ ਕਿਰਦਾਰ ਦੇ ਉੱਪਰ ਹੀ ਬੇਸਿਕ ਤਾਂ ਕਿਰਦਾਰ ਦੇ ਉੱਪਰ ਹੀ ਹੈ ਅਗਰ ਤੁਹਾਡੀ ਆਈਡੈਂਟੀਟੀ ਠੀਕ ਹੈ ਤੁਹਾਡੀ ਦੇਖਣ ਨੂੰ ਤੁਸੀਂ ਲੱਗਦੇ ਹੋ ਪਰ ਜਿਹੜਾ ਤੁਹਾਡੇ ਕੰਮ ਹੈ ਉਹ ਇਹ ਨਹੀਂ ਹੈਗਾ ਤਾਂ ਫਿਰ ਤਾਂ ਇਹ ਤਾਂ ਰਦਰ ਵਿਰੁੱਧ ਜਾਏਗਾ ਜੀ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਤ੍ਰਿਪਾਲ ਸਿੰਘ ਜੀ ਸਮਾਂ ਕੱਢਿਆ ਸੰਗਲਪਾ ਕਰਦੇ ਤਾਂ ਇਹ ਸੰ ਡਾਕਟਰ ਤ੍ਰਿਪਾਲ ਸਿੰਘ ਜਿਹੜੇ ਇਸ ਵੇਲੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ ਉਹਨਾਂ ਸਾਰੇ ਮਸਲਿਆਂ ਤੇ ਬੜੀ ਖੁੱਲ ਕੇ ਸਾਡੇ ਨਾਲ ਗੱਲਬਾਤ ਕੀਤੀ ਅੱਜ ਐਨਆਈ ਨਮਸਕਾਰ ਸਸਕਾਰ